ਹਾਂਜੀ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 3 ਜਰਸੀ ਗਾਵਾਂ ਸੇਲ ਲੈ ਕੇ ਆਏ ਹਾਂ ਜੋ ਗੱਬਣ ਨੇ। ਆ ਜੋ ਪੁੱਛਦੇ ਹਾਂ ਬਾਈ ਤੋਂ ਡਿਟੇਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਬੋਲ ਦਿਓ ਜੀ ਆਪਣਾ। ਨਾਮ ਚੰਦ ਸਿੰਘ ਸੋਹੀ। ਠੀਕ ਆ ਬਾਈ, ਪਿੰਡ ਹੈ। ਠੀਕ ਹੈ ਜੀ, ਨੇੜੇ ਕਿਹੜਾ ਪਿੰਡ ਰਹਿ ਜਾਂਦਾ ਆਪਣੇ? ਮਾਸੀ ਘੇ ਰਾਮ। ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ। 9। ਠੀਕ ਹੈ ਜੀ, 89 ਸੇ। ਠੀਕ ਹੈ ਜੀ, ਜਿਹੜੀ ਆਪਾਂ ਪਹਿਲੇ ਨੰਬਰ 'ਤੇ ਜਰਸੀ ਬੈਠ ਦੇਖ ਰਹੇ, ਕਿਹੜਾ ਸੂਆ ਸੁਣਦੀ? ਦੂਜਾ ਸੂਆ ਸੁਣ। ਠੀਕ ਹੈ ਜੀ, ਕਿੰਨੇ ਕੁ ਦਿਨ ਬਾਕੀ ਆ? ਬਸ 5-6 ਦਿਨ ਹੀ। ਠੀਕ ਹੈ ਜੀ, ਕਿੰਨਾ ਕੁ ਦੁੱਧ ਪਾਇਆ ਪਿਛਲੇ ਸੂਏ? ਪਿਛਲੇ 13-14 ਲੀਟਰ ਪਾਇਆ ਬਾਈ। ਠੀਕ ਹੈ ਜੀ, ਖੋਲ ਲਓ ਬਾਈ, ਤੋਰ ਕੇ ਦਿਖਾ ਦਿਓ। ਬਾਕੀ ਠੰਡੀ ਸੀਟ ਬਾਈ ਪੂਰੀ ਆ, ਢਿੱਲਾਂ ਬਹੁਤ ਪਈਆਂ। ਸਹੀ ਗੱਲ ਹੈ, ਢਿੱਲਾਂ ਬਹੁਤ ਪਈਆਂ ਨੇ। ਬਾਕੀ ਥਣ ਵੀ ਇਕੱਲਾ ਥਣ ਆ, ਹਨਾ, ਨਿੱਖੜਵਾਂ ਪੂਰੀ ਮੱਛੀ 'ਤੇ। ਤੋਰਾ ਤਾਰਾ ਵੀ ਚੰਗਾ ਹੈਗਾ ਕਰਮ ਵਾਲੀ ਦਾ। ਕਿੰਨਾ ਕੁ ਦੁੱਧ ਪਾ ਦੋ ਐਤਕੀ ਐਸਟੀਮੇਟ ਜੀ? 17-18 ਲੀਟਰ ਚਾਹੀਦਾ ਜੀ। ਠੀਕ ਆ ਜੀ, ਮੋੜ ਲਓ ਬਾਈ, ਕੋਈ ਗੱਲ ਨਹੀਂ ਬਾਈ। ਕਹਿੰਦਾ 17-18 ਲੀਟਰ ਦੁੱਧ ਪਾ ਦੂਗੀ, ਬਾਕੀ ਚੰਗੀ ਆ। ਕਿੰਨਾ ਮੁੱਲ ਰਹੂ ਬਾਈ ਜਾਇਜ਼? ਜ਼ਿਆਦਾ ਦੇ ਲੈਣੀ ਆ ਇਹਦਾ ਕੋਈ 65-66। ਠੀਕ ਆ ਜੀ, 52,000 ਮੁੱਲ ਆ ਜੀ। ਠੀਕ ਆ ਜੀ, 52,000 ਰੁਪਇਆ ਮੁੱਲ ਆ, ਮਾਣ ਤਾਣ ਹੋਜੂ ਬਾਕੀ? ਮਾਣ ਤਾਣ। ਠੀਕ ਆ ਜੀ, ਥਣ ਨੇੜੇ ਤੋਂ ਚੱਕਰਵਾਨੇ, ਹਾਂ, ਕੱਲਾ ਕੱਲਾ ਨਿਖੜਵਾ ਥਾਣਾ ਪੂਰੀ ਵਿੱਚ। ਸਹੀ ਗੱਲ ਆ ਜੀ, ਢਿੱਲਾਂ ਦਾ ਢਿੱਲਾਂ ਬਹੁਤ ਜ਼ਿਆਦਾ ਪਈਆਂ ਜੀ ਢਿੱਲਾਂ 'ਤੇ। ਸਹੀ ਗੱਲ ਆ ਜੀ, ਇਹਨੇ ਕਿੱਥੇ ਆਉਣਾ? ਕਿੱਥੇ ਆਉਣਾ? ਸਹੀ ਗੱਲ ਆ, ਫਸ ਜਾਣਾ ਜਿਹਦੇ ਉਹਨੇ ਸੁਣਾ। ਸਹੀ ਗੱਲ ਆ ਜੀ। ਅੱਗੇ 2 ਨੰਬਰ ਜੀ, ਇਹ ਕਿਹੜਾ ਸੂਆ ਸੁਣਦੀ ਹੈ? ਇਹ ਵੀ ਦੂਜੇ ਸੁਣਦੇ। ਠੀਕ ਆ ਜੀ, ਕਿੰਨੇ ਕੁ ਦਿਨ ਬਾਕੀ ਆ? ਇਹ ਲੈ ਜੂ 10 ਦਿਨ। ਠੀਕ ਆ ਜੀ, ਫੇਸ ਕੁਆਲਿਟੀ ਬਹੁਤ ਚੰਗੀ ਆ, ਹੈ ਨਾ ਜੀ? ਬਹੁਤ ਵਧੀਆ। ਸਹੀ ਗੱਲ ਆ ਜੀ, ਖੋਲ ਲਓ ਬਾਈ, ਤੋਰ ਕੇ ਦਿਖਾ ਦਿਓ। ਬਾਕੀ ਢਿੱਲਾਂ ਇਹਦੀਆਂ ਬਹੁਤ ਪਈਆਂ ਵਾ ਢਿੱਲਾਂ, ਹੈ ਨਾ, ਖਾਸ ਕੇ। ਇਹਨੇ ਕਿੰਨਾ ਕੁ ਦੁੱਧ ਦਿੱਤਾ ਜੀ ਪਿਛਲੇ ਸ਼ੂ? 15 ਲੀਟਰ ਤੋਂ ਬਾਹਰ ਦਿੱਤਾ ਵਾ। ਅੱਛਾ ਜੀ, ਬਾਈ ਕਹਿੰਦਾ 15 ਲੀਟਰ ਤੋਂ ਬਾਹਰ ਦਿੱਤਾ। ਐਤਕੀ ਕਿੰਨਾ ਕੁ ਦੇ ਦੂ ਜੀ ਐਸਟੀਮੇਟ? 18 ਲੀਟਰ ਦੁੱਧ ਦੇ ਦੀ ਜੀ। ਠੀਕ ਆ ਜੀ, ਬਾਈ ਕਹਿੰਦਾ 18 ਲੀਟਰ ਦੁੱਧ ਦੇ ਦੂਗੀ। ਬਾਕੀ ਤੋਰਾ ਤਾਰਾ ਚੰਗਾ ਗਾ ਬੈਠਦਾ, ਬਾਕੀ ਫੈਟ ਫੂਟ ਵੀ ਚੰਗੀ ਆਉਂਦੀ ਹੈ ਇਹਨਾਂ ਦੀ। ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ, ਹਾਂ, ਮੋੜ ਲਓ ਬਾਈ, ਕੋਈ ਗੱਲ ਨਹੀਂ। ਬਾਕੀ ਬਾਈ ਦੀ ਆਖਤ ਠੰਡੀ ਸੀਲ ਪੂਰੀ ਆ ਗਈ, ਹੱਥ ਹੁੱਥ ਲਾ ਕੇ ਦਿਖਾਤਾ ਬਾਈ ਨੇ। ਇਹਦਾ ਮੁੱਲ ਬਾਈ ਕਿੰਨਾ ਕੁ ਰਹੂਗਾ? ਇਹਦਾ 50,000 ਮੁੱਲ ਹੈ ਜੀ। ਠੀਕ ਹੈ ਜੀ, ਮਾਣ ਤਾਣ ਹੋ ਜੂਗਾ ਜੀ? ਠੀਕ ਹੈ ਜੀ, ਮਾਣ ਤਾਣ ਹੋ ਜੂਗਾ ਬਾਈ ਕਹਿੰਦਾ ਮੌਕੇ 'ਤੇ 50,000 ਰੁਪਇਆ ਮੁੱਲ ਆ। ਅੱਗੇ ਬਾਈ 3 ਨੰਬਰ, ਇਹ ਕਿਹੜਾ ਸੂਆ ਸੁਣਦੀ? ਠੀਕ ਆ ਬਾਈ, ਬਸਤੀ ਬਹੁਤ ਵਧੀਆ, ਠੰਡੀ ਬਹੁਤ ਆ। ਸਹੀ ਗੱਲ ਆ ਬਾਈ, ਬਾਕੀ ਬਾਹਰ ਢਿੱਲਾਂ ਬਹੁਤ ਪਈਆਂ। ਇਹ ਲੈ ਜੂੰਗੀ 14-15 ਦਿਨ ਜੀ। ਠੀਕ ਆ ਬਾਈ, ਬਾਕੀ ਥਣ ਢਿੱਲਾਂ ਦੀ ਨਿਖੜ ਮੈਂ। ਸਹੀ ਗੱਲ ਆ ਬਾਈ, ਖੋਲ ਲਓ ਬਾਈ, ਤੋਰ ਕੇ ਦਿਖਾ ਦਿਓ। ਬਾਕੀ ਠੰਡੀ ਸੀਲ ਪੂਰੀ ਆ ਜੀ। ਇਹਨੇ ਕਿੰਨਾ ਦੁੱਧ ਪਾਇਆ ਜੀ ਪਿਛਲੇ? ਇਹਨੇ ਪਿਛਲੇ 10-11 ਹੀ ਪਾਇਆ ਜੀ। ਠੀਕ ਆ ਜੀ, ਫੇਸ ਕੁਆਲਿਟੀ ਬਹੁਤ ਚੰਗੀ ਹੈ ਜੀ, ਕੰਨ ਕੁੰਨ ਬਹੁਤ ਛੋਟਾ, ਹੈ ਨਾ। ਸਹੀ ਗੱਲ ਹੈ ਜੀ, ਬਾਕੀ ਬੱਸੀ ਪੱਧਰ ਆ ਗਈ। ਹਾਂ ਜੀ, ਤੋਰਾ ਚਾਰਾ ਚੈੱਕ ਕਰ ਲਓ, ਬਹੁਤ ਚੰਗਾ ਤੋਰਾ ਗਾ, ਮੋੜ ਲਓ ਬਾਈ, ਕੋਈ ਗੱਲ ਨਹੀਂ। ਅਤੇ ਇਹਦਾ ਬਾਈ ਕੀ ਦੇਣ ਲੈਣ ਮੁੱਲ ਰਹੂ? ਸਹੀ ਸਹੀ, ਇਹਦਾ ਦੇਣ ਲੈਣ ਮੁੱਲ ਕੀ ਰਹੂ ਬਾਈ? ਜਾਇਜ਼ ਕੋਈ ਨਹੀਂ ਗਾ, ਨਾ ਤਾਂ 55 ਆ ਨਾ 60 ਆ। ਠੀਕ ਹੈ ਜੀ, ਇਹਦਾ 48,000 ਮੁੱਲ ਆ। ਠੀਕ ਹੈ, ਦੇਣ ਲੈਣੀ ਆ ਜੀ। ਸਹੀ ਗੱਲ ਹੈ ਜੀ, ਹਾਂ, ਫਰੀ ਹੋਈ ਬਣਾਉਣੇ ਆ ਕੀ ਗਾਈਆਂ, ਫਿਰ ਬਾਅਦ 'ਚ ਦੇਖਾਂਗੇ ਰੇਟ ਜੀ। ਠੀਕ ਹੈ ਜੀ,
ਬਾਕੀ ਬਾਈ ਦੀਆਂ ਬੈੜਾਂ ਤਿੰਨੇ ਹੀ ਚੰਗੀਆਂ ਗੀਆਂ, ਤਿੰਨੇ ਜਰਸੀ ਬੈੜਾਂ। ਜੇ ਕਿਸੇ ਵੀਰ ਦੇ ਤਿੰਨਾਂ 'ਚੋਂ ਕੋਈ ਵੀ ਬੈਡ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਕੰਟੈਕਟ ਕਰਕੇ ਤਿੰਨਾਂ 'ਚੋਂ ਬੈਡ ਕੋਈ ਵੀ ਬੈਡ ਖਰੀਦ ਸਕਦਾ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।